ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਿਡ ਗਿਆਨ 15 ਫਰਵਰੀ ਦੀ ਉਹ ਕਾਲੀ ਰਾਤ ਜਦੋਂ ਪੰਜਾਬ ਦੇ ਲਈ ਬੋਲਣ ਵਾਲਾ ਅਤੇ ਕੌਮ ਦੇ ਲਈ ਖੜਨ ਵਾਲਾ ਕੌਮ ਦਾ ਉਹ ਹੀਰਾ ਜਿਨ੍ਹਾਂ ਦੇ ਕੀ ਅੰਤਿਮ ਸੰਸਕਾਰ ਅਤੇ ਅੰਤਿਮ ਅਰਦਾਸ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਉਹਨਾਂ ਦੀ ਸੋਚ ਅਤੇ ਉਹਨਾਂ ਦੇ ਵਿਚਾਰਾਂ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੇ ਨੇ ਉੱਥੇ ਹੀ ਦੀਪ ਸਿੱਧੂ ਦਾ ਬੇਵਕਤੀ ਚਲੇ ਜਾਣਾ ਹਰ ਇੱਕ ਦੇ ਮਨ ਦੇ ਵਿੱਚ ਇੱਕ ਚੀਸ ਬਣ ਕੇ ਚੋਬ ਰਿਹਾ ਹੈ ਕਿਉਂਕਿ ਕਿਤੇ ਨਾ ਕਿਤੇ ਹਰ ਕੋਈ ਇਹੀ ਕਹਿ ਰਿਹਾ ਹੈ ਕਿ ਇਹ ਕੋਈ ਹਾਸਾ ਨਹੀਂ ਬਲਕਿ ਇੱਕ ਸੋਚੀ ਸਮਝੀ ਅਤੇ ਵੱਡੀ ਸਾਜ਼ਿਸ਼ ਹੈ ਕਿਉਂਕਿ ਕਿਤੇ ਨਾ ਕਿਤੇ ਇਹ ਕਿਸੇ ਵੀ ਲੌਜੀਕ ਦੇ ਵਿੱਚ ਫਿੱਟ ਨਹੀਂ ਹੋ ਰਹੀ ਉੱਥੇ ਹੀ ਰੀਨਾ رائے ਤੋਂ ਵੀ ਲਗਾਤਾਰ ਸਵਾਲ ਪੁੱਛੇ ਜਾ ਰਹੇ ਨੇ ਕਿਉਂਕਿ ਰੀਨਾ ਰਹੀ ਇੱਕੋ ਇੱਕ ਉਹ ਸਾਕਸ਼ ਹੈ ਜੋ ਕਿ ਉਸ ਆਖਰੀ ਸਮੇਂ ਦੀਪ ਸਿੱਧੂ ਦੇ ਨਾਲ ਦੱਸੀ ਜਾ ਰਹੀ ਹੈ ਹਾਲਾਂਕਿ ਇਹ ਵੀ ਗੱਲਾਂ ਸਾਹਮਣੇ ਆਈਆਂ ਸਨ ਕਿ ਜਦੋਂ ਦੀਪ ਸਿੱਧੂ ਦੀ ਸਕੋਰਪੀਓ ਗੱਡੀ ਟੋਲ ਪਲਾਜੇ ਤੋਂ ਲੰਘਦੀ ਹੈ ਤਾਂ ਉਸ ਦੇ ਵਿੱਚ ਕਨੈਕਟਰ ਸੀਟ ਤੇ ਯਾਨਕਿ ਦੀਪ ਸਿੱਧੂ ਦੀ ਨਾਲ ਵਾਲੀ ਸੀਟ ਤੇ ਕੋਈ ਵੀ ਨਹੀਂ ਸੀ ਫਿਰ ਵੀ ਇਹਨਾਂ ਸਵਾਲਾਂ ਦੇ ਵਿੱਚ ਰੀਨਾ ਰਾਏ ਤੋਂ ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਆਖਿਰ ਉਸ 15 ਫਰਵਰੀ ਦੀ ਕਾਲੀ ਰਾਤ ਨੂੰ ਹੋਇਆ ਕੀ ਸੀ ਤੇ ਦੋਸਤੋ ਹੁਣ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਸ ਦਿਨ ਦੀ ਘਟਨਾ ਤੋਂ ਬਾਅਦ ਪਹਿਲੀ ਵਾਰ ਰੀਨਾ ਰਾਏ ਉਸ 15 ਫਰਵਰੀ ਦੀ ਕਾਲੀ ਰਾਤ ਦੇ ਕਾਲੇ ਸੱਚ ਬਾਰੇ ਸਾਰਾ ਕੁਝ ਬੋਲੀ ਹੈ ਜਿਨ੍ਹਾਂ ਨੇ ਕਿ ਆਪਣੇ ਸੋਸ਼ਲ ਮੀਡੀਆ ਤੇ ਕੁਝ ਪੋਸਟਾਂ ਦੇ ਰਾਹੀਂ ਆਪਣੇ ਵਿਚਾਰ ਦੱਸੇ ਨੇ ਰੀਨਾ رائے ਨੇ ਕੀ ਲਿਖਿਆ ਉਹ ਤੁਹਾਨੂੰ ਦੱਸ ਦਿਆਂ ਇੱਥੇ ਦੱਸਦੀ ਹੈ ਕਿ ਰੀਨਾ رائے ਨੇ ਦੀਪ ਸਿੱਧੂ ਦੇ ਨਾਲ ਕੁਝ ਫੋਟੋਆਂ ਵੀ ਸ਼ੇਅਰ ਕੀਤੀਆਂ ਨੇ ਤੇ ਨਾਲ ਹੀ ਇੰਗਲਿਸ਼ ਦੇ ਵਿੱਚ ਕੁਝ ਪੋਸਟ ਵੀ ਕੀਤਾ ਉਸ ਕਾਲੀ ਰਾਤ ਅਤੇ ਦੀਪ ਸਿੱਧੂ ਦੇ ਨਾਲ ਆਪਣੇ ਰਿਲੇਸ਼ਨ ਬਾਰੇ ਉਹ ਖੁੱਲ੍ਹ ਕੇ ਬੋਲੇ ਨੇ ਕੀ ਲਿਖਿਆ ਉਹਨਾਂ ਨੇ ਤੁਹਾਨੂੰ ਦੱਸ ਦਿਆਂ ਡਿਟੇਲ ਦੇ ਵਿੱਚ ਉਸ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਰਿਕੁਐਸਟ ਕਰਾਂਗੇ ਵੀਡੀਓ ਅਖੀਰ ਤੱਕ ਜ਼ਰੂਰ ਦੇਖਣਾ ਤੇ ਜਿਹੜੇ ਦੋਸਤ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਜ਼ਰੂਰ ਆਨ ਕਰ ਲੈਣਾ ਤੇ ਦੋਸਤੋ ਸਾਰੀ ਜੋ ਪੋਸਟ ਹੈ ਇੰਗਲਿਸ਼ ਦੇ ਵਿੱਚ ਹੈ ਉਸ ਨੂੰ ਟ੍ਰਾਂਸਲੇਟ ਕੀਤਾ ਹੈ ਜੇਕਰ ਕਿਤੇ ਕੋਈ ਕਮੀ ਕੋਈ ਗਲਤੀ ਹੋ ਗਈ ਹੋਵੇ ਤਾਂ ਉਮੀਦ ਕਰਦੇ ਹਾਂ ਤੁਸੀਂ ਜ਼ਰੂਰ ਮਾਫ਼ ਕਰੋਗੇ ਤੇ ਕੋਆਪਰੇਟ ਕਰੋਗੇ ਸੋ ਆਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕੀ ਲਿਖਦੇ ਨੇ ਰੀਨਾ ਰਾਏ ਦੀਪ ਅਤੇ ਮੈਨੂੰ 2018 ਵਿੱਚ ਰੰਗ ਪੰਜਾਬ ਦੇ ਸੈੱਟ ਤੇ ਮਿਲਣ ਤੋਂ ਬਾਅਦ ਪਿਆਰ ਹੋ ਗਿਆ। ਦੀਪ ਸਭ ਤੋਂ ਪਿਆਰਾ, ਹਮਦਰਦ ਅਤੇ ਨਿਰਸਵਾਰਥ ਵਿਅਕਤੀ ਸੀ। ਮੈਂ ਉਸ ਨੂੰ ਕਦੇ ਮਿਲੀ ਨਹੀਂ ਸੀ। ਜੀਵਨ ਲਈ ਉਸ ਦਾ ਜਨੂਨ ਛੂਤ ਵਾਲਾ ਸੀ। ਫਿਲਮ ਦੇ ਨਿਰਮਾਣ ਦੌਰਾਨ ਸਾਡੀ ਦੋਸਤੀ ਵਧੀ। ਸ਼ੂਟਿੰਗ ਤੋਂ ਬ੍ਰੇਕ ਦੇ ਦੌਰਾਨ ਅਸੀਂ ਆਪਣੀਆਂ ਜ਼ਿੰਦਗੀਆਂ, ਦੋਸਤਾਂ, ਪਰਿਵਾਰਾਂ ਅਤੇ ਸੁਪਨਿਆਂ ਬਾਰੇ ਗੱਲਬਾਤ ਕਰਨ ਦੇ ਵਿੱਚ ਘੰਟੇ ਬਤਾਉਣ ਲੱਗੇ। ਰੰਗ ਪੰਜਾਬ ਦੀ ਕੰਪਲੀਟ ਹੋਣ ਤੋਂ ਬਾਅਦ ਅਸੀਂ ਸੰਪਰਕ ਦੇ ਵਿੱਚ ਰਹੇ ਸਾਡੀ ਦੋਸਤੀ ਪਿਆਰ ਵਿੱਚ ਬਦਲ ਗਈ ਅਸੀਂ ਅਟੁੱਟ ਬਣ ਗਏ ਦੀਪ ਅਤੇ ਮੇਰੇ ਪਰਿਵਾਰ ਨੇ ਸੈਨ ਫਰੇਸਕੋ ਦੀ ਪਰਚੋਲ ਕਰਨ ਅਤੇ ਮੇਰੀ ਭੈਣ ਰੰਮੀ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਲਈ ਇਕੱਠੇ ਆਪਣੇ ਹਾਸੇ ਸਾਂਝੇ ਕੀਤੇ ਆਪਣੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਦੀਪ ਅਤੇ ਮੈਂ ਲੁਧਿਆਣਾ ਵਿੱਚ ਉਸਦੇ ਪਰਮ ਮੰਦੀਪ ਦੇ ਪਰਿਵਾਰ ਨੂੰ ਵੀ ਮਿਲਣ ਲੱਗੇ ਉਸਦੇ ਬੱਚਿਆਂ ਨਾਲ ਖੇਡਦੇ ਹੋਏ देर तक ਜਾਗਦੀ ਵੀ ਰਹੀ ਸਾਡਾ ਭਵਿੱਖ ਇਕੱਠੇ ਰੂਪ ਲੈਣ ਲੱਗਿਆ ਸੀ ਦੋਸਤੋ ਦੱਸ ਦਈਏ ਕਿ ਰੀਨਰਾਈ ਜਿਨ੍ਹਾਂ ਨੇ ਕਿ ਆਪਣੇ ਸੋਸ਼ਲ ਮੀਡੀਆ ਤੇ ਕਾਫੀ ਲੋਕਾਂ ਦੇ ਪ੍ਰੈਸ਼ਰ ਪਾਉਣ ਤੋਂ ਬਾਅਦ ਉਸ ਦੇਣ ਬਾਰੇ ਕੁਝ ਖੁਲਾਸੇ ਕੀਤੇ ਨੇ ਹੁਣ ਇਹ ਸੱਚ ਹੈ ਜਾਂ ਫਿਰ ਇਸ ਦੇ ਪਿੱਛੇ ਵੀ ਕੁਝ ਹੋਰ ਹੈ ਇਸ ਦਾ ਫੈਸਲਾ ਤੁਸੀਂ ਕਰਨਾ ਹੈ ਅਗਰ ਰੀਨਰਾਈ ਲਿਖਦੇ ਨੇ ਪਿਛਲੇ ਐਤਵਾਰ ਮੈਂ ਕੁਝ ਪ੍ਰੋਜੈਕਟ ਸ਼ੁਰੂ ਕਰਨ ਅਤੇ ਦੀਪ ਸਿੱਧੂ ਦੇ ਨਾਲ ਵੈਲੈਂਟਾਈਨ ਦੇ ਮਨਾਉਣ ਦੇ ਲਈ ਦਿੱਲੀ ਆ ਗਈ ਸੀ ਕਿਉਂਕਿ ਅਸੀਂ ਪਿਛਲੇ ਸਾਲ ਵੈਲੈਂਟਾਈਨ ਦੇ ਮਨਾਉਣ ਤੋਂ ਖੁੰਝ ਗਏ ਸੀ ਇਹ ਇੱਕ ਕਾਫੀ ਮੈਜੀਕਲ ਦਿਨ ਸੀ ਇੱਕ ਜਾਦੂਈ ਦਿਨ ਸੀ ਜੋ ਮੈਂ ਹਮੇਸ਼ਾ ਆਪਣੇ ਦਿਲ ਦੇ ਵਿੱਚ ਪਿਆਰ ਨਾਲ ਰੱਖਾਂਗੀ ਅਗਲੇ ਦਿਨ ਅਸੀਂ ਮੁੰਬਈ ਤੋਂ ਪਹਿਲਾਂ ਪੰਜਾਬ ਜਾਣ ਦਾ ਫੈਸਲਾ ਕੀਤਾ ਅਸੀਂ ਆਪਣਾ ਸਮਾਨ ਪੈਕ ਕੀਤਾ ਸਕੋਰਪੀਓ ਨੂੰ ਲੱਦ ਲਿਆ ਤੇ ਬਾਹਰ ਨਿਕਲ ਗਏ ਦੀਪ ਅਤੇ ਮੈਂ ਸਮੇਂ ਲਈ ਗੱਲਬਾਤ ਕੀਤੀ ਸਕੋਰਪੀਓ ਦੇ ਵਿੱਚ ਯਾਨਕਿ ਜਾਂਦੇ ਹੋਏ ਉਹ ਕਹਿ ਰਹੇ ਨੇ ਕਿ ਅਸੀਂ ਕੁਝ ਸਮਾਂ ਗੱਲਬਾਤ ਕੀਤੀ ਫਿਰ ਮੈਂ ਚਪਕੀ ਲੈਣ ਦਾ ਫੈਸਲਾ ਕੀਤਾ ਕਿਉਂਕਿ ਮੈਂ ਅਜੇ ਵੀ ਜੈਟ ਲੈਗ ਸੀ ਯਾਨਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਹਾਲੇ ਵੀ ਫਲਾਈਟ ਕਰਕੇ ਥੱਕੇ ਹੋਏ ਸੀ ਜਿਸ ਕਰਕੇ ਸਕੋਰਪੀਓ ਦੇ ਵਿੱਚ ਪੰਜਾਬ ਨੂੰ ਜਾਂਦੇ ਹੋਏ ਉਹਨਾਂ ਨੇ ਕੁਝ ਸਮੇਂ ਦੇ ਲਈ ਚਪਕੀ ਲੈਣ ਦਾ ਫੈਸਲਾ ਕੀਤਾ ਮੈਂ ਆਪਣੀ ਸੀਟ ਪਿੱਛੇ ਬੈਠ ਗਈ ਆਪਣੀ ਜੁੱਤੀ ਲਾ ਲਈ ਅਤੇ ਸੌ ਗਈ। ਮੈਨੂੰ ਅੱਗੇ ਯਾਦ ਹੈ ਕਿ ਸੀਟ ਤੋਂ ਕਾਫੀ ਜ਼ੋਰ ਦੇ ਤਰੀਕੇ ਦੇ ਨਾਲ ਕੁਝ ਪਿੱਛੇ ਸੁੱਟਿਆ ਗਿਆ। 에어 ਬੈਗ ਨੂੰ ਮਾਰਿਆ ਗਿਆ ਅਤੇ ਪੈਰਾਂ ਦੇ ਆਰਾਮ ਵਿੱਚ ਉਤਰਨਾ ਹੈ। ਯਾਨੀ ਕਿ ਉਹ ਕਹਿੰਦੇ ਨੇ ਕਿ ਇੱਕਦਮ ਮੈਨੂੰ ਯਾਦ ਹੈ ਕਿ ਪਿੱਛੇ ਜਿਵੇਂ ਬਹੁਤ ਜ਼ੋਰ ਦੀ ਕੁਝ ਮਾਰਿਆ ਗਿਆ। 에어 ਬੈਗ ਵੀ ਖੁੱਲ ਗਿਆ। ਮੇਰੀ ਪੇਠ ਨੂੰ ਜਿਵੇਂ ਅੱਗ ਲੱਗ ਗਈ। ਮੈਂ ਪੂਰੀ ਤਰ੍ਹਾਂ ਸਦਮੇ ਦੇ ਵਿੱਚ ਸੀ। ਉੱਪਰ ਵੇਖਿਆ ਦੀਪ ਹਿੱਲਿਆ ਨਹੀਂ ਸੀ ਮੈਂ ਵੈਗਰੂ ਅੱਗੇ ਅਰਦਾਸ ਕੀਤੀ ਉਸ ਨੂੰ ਮਦਦ ਕਰਨ ਦੇ ਲਈ ਅਤੇ ਤਾਕਤ ਦੇਣ ਦੇ ਲਈ ਕਿਹਾ ਮੈਂ ਚੀਕਦੀ ਰਹੀ ਦੀਪ ਜਾਗੋ ਦੀਪ ਉਠੋ ਮੈਂ ਆਖਰਕਾਰ ਉਠਣ ਅਤੇ ਉਸ ਦੀ ਠੋਡੀ ਨੂੰ ਮੇਰੇ ਵੱਲ ਲਿਜਾਣ ਦੇ ਯੋਗ ਹੋ ਗਈ ਉਸ ਦੇ ਚਿਹਰੇ ਦਾ ਸੱਜਾ ਪਾਸਾ ਪੂਰੀ ਤਰ੍ਹਾਂ ਖੂਨ ਦੇ ਨਾਲ ਲਤਪਤ ਸੀ ਮੈਂ ਆਪਣੇ ਆਪ ਨੂੰ ਬੇਹੋਸ਼ ਮਹਿਸੂਸ ਕੀਤਾ ਪਿੱਛੇ ਝੁੱਕ ਗਈ ਅਤੇ ਮਦਦ ਦੇ ਲਈ ਚੀਕਣਾ ਸ਼ੁਰੂ ਕਰ ਦਿੱਤਾ ਇੱਕ ਰਾਹੀਰ ਨੇ ਆ ਕੇ ਮੈਨੂੰ ਸਕੋਰਪੀਓ ਗੱਡੀ ਤੋਂ ਬਾਹਰ ਕੱਢਿਆ ਅਤੇ ਜ਼ਮੀਨ ਤੇ ਲਟਾ ਦਿੱਤਾ ਦੋਸਤੋ ਦੱਸ ਦਈਏ ਇਹ ਉਹ ਗੱਲਾਂ ਬਾਤਾਂ ਨੇ ਜੋ ਕਿ ਰੀਨਾਂ ਰਹੇ ਨੇ ਅੱਜ ਸਾਂਝੀਆਂ ਕੀਤੀਆਂ ਨੇ ਅਤੇ ਅੱਗੇ ਉਹ ਲਿਖਦੇ ਨੇ ਜ਼ਮੀਨ ਤੇ ਪਏ ਹੋਏ ਮੈਂ ਮੈਨੂੰ ਕਿਸੇ ਨੇ ਮਨਦੀਪ ਨੂੰ ਫੋਨ ਕੀਤਾ ਯਾਨਕਿ ਜਦੋਂ ਰੀਨਾਰੇ ਕਹਿੰਦੇ ਨੇ ਜਦੋਂ ਮੈਂ ਜ਼ਮੀਨ ਤੇ ਪਈ ਹੋਈ ਸੀ ਤਾਂ ਉਸ ਸਮੇਂ ਕਿਸੇ ਨੇ ਮਨਦੀਪ ਨੂੰ ਫੋਨ ਕੀਤਾ ਦੋਸਤੋ ਇਸ ਤੋਂ ਪਹਿਲਾਂ ਕਿ ਤੁਹਾਨੂੰ ਅੱਗੇ ਦੀ ਪੋਸਟ ਪੜ੍ਹ ਕੇ ਸੁਣਾਈਏ ਦੱਸ ਦਈਏ ਕਿ ਇਹ ਵੀ ਕਿਤੇ ਨਾ ਕਿਤੇ ਦੀਪ ਸਿੱਧੂ ਦੇ ਦੋਸਤਾਂ ਵੱਲੋਂ ਇੱਕ ਸ਼ੱਕ ਦੇ ਘੇਰੇ ਦੇ ਵਿੱਚ ਲਿਆਂਦੀ ਹੋਈ ਗੱਲ ਹੈ ਕਿ ਮਨਦੀਪ ਸਿੱਧੂ ਜਿਸ ਦਾ ਕਿ ਫੋਨ ਨੰਬਰ ਕਿਸੇ ਕੋਲ ਨਹੀਂ ਸੀ ਇਵਨ ਕੇ ਉਹਨਾਂ ਦੇ ਕਾਫੀ ਦੋਸਤਾਂ ਕੋਲ ਵੀ ਦੀਪ ਸਿੱਧੂ ਦੇ ਛੋਟੇ ਭਰਾ ਮਨਦੀਪ ਸਿੰਘ ਸਿੱਧੂ ਜੋ ਵੀ ਕੀ ਐਡਵੋਕੇਟ ਹਨ ਉਹਨਾਂ ਦਾ ਨੰਬਰ ਨਹੀਂ ਸੀ ਫਿਰ ਉਸ ਰਾਘੀਰ ਕੋਲ ਕਿਸ ਤਰ੍ਹਾਂ ਉਹ ਨੰਬਰ ਆ ਗਿਆ ਇਹ ਵੀ ਦੀਪ ਸਿੱਧੂ ਦੇ ਦੋਸਤਾਂ ਵੱਲੋਂ ਇੱਕ ਵੱਡਾ ਸਵਾਲ ਮੀਡੀਆ ਦੇ ਰਾਹੀਂ ਕੀਤਾ ਗਿਆ ਸੀ ਤਾਂ ਕਿ ਰੇਨਾਰੇ ਕਹਿੰਦੇ ਹਨ ਦੀਪ ਦੀ ਮਦਦ ਕਰਨ ਦੇ ਲਈ ਆਲੇ ਦੁਆਲੇ ਸਾਰੇ ਲੋਕਾਂ ਨੂੰ ਬੇਨਤੀਆਂ ਕੀਤੀਆਂ ਉਹ ਅਗਲੀ ਸੀਟ ਤੇ ਫਸਿਆ ਹੋਇਆ ਸੀ ਅਤੇ ਕਾਰ ਦੇ ਕੈਬਨ ਦੇ ਆਲੇ ਦੁਆਲੇ ਕੁਚਲਿਆ ਗਿਆ ਸੀ ਪਹਿਲੀ ਐਂਬੂਲੈਂਸ ਦੇ ਆਉਣ ਤੋਂ ਬਾਅਦ ਮੈਨੂੰ 30 ਮਿੰਟਾਂ ਲਈ ਉੱਥੇ ਰੱਖਿਆ ਗਿਆ ਮੈਂ ਦੇਖਿਆ ਕਿ ਆਸ-ਪਾਸ ਦੇ ਲੋਕਾਂ ਅਤੇ ਪੈਰਾਮੈਡੀਕਲ ਨੇ ਬੇਚੈਨੀ ਨਾਲ ਕੋਸ਼ਿਸ਼ ਸ਼ੁਰੂ ਕੀਤੀ ਅਤੇ ਅੰਤ ਵਿੱਚ ਦੀਪ ਨੂੰ ਸਕੋਰਪੀਓ ਦੇ ਵਿੱਚੋਂ ਬਾਹਰ ਕੱਢਣ ਦੇ ਵਿੱਚ ਸਫਲ ਰਹੇ ਪੈਰਾਮੈਡੀਕਲ ਨੇ ਦੀਪ ਨੂੰ ਦੂਜੀ ਐਂਬੂਲੈਂਸ ਦੇ ਵਿੱਚ ਲਜਾਇਆ ਅਤੇ ਸਾਨੂੰ ਦੋਵਾਂ ਨੂੰ ਹਸਪਤਾਲ ਲਜਾਇਆ ਗਿਆ ਮੈਂ ਕਿਸੇ ਨੂੰ ਵੀ ਪੁੱਛਦੀ ਰਹੀ ਮੈਂ ਦੇਖਿਆ ਕਿ ਦੀਪ ਕਿਵੇਂ ਕੰਮ ਕਰ ਰਿਹਾ ਹੈ ਹਰ ਕੋਈ ਮੈਨੂੰ ਦੱਸਦਾ ਰਿਹਾ ਉਹ ਠੀਕ ਹੈ ਮੇਰੇ ਦਿਲ ਵਿੱਚ ਕੁਝ ਵੱਖਰਾ ਹੀ ਕਹਿ ਰਿਹਾ ਸੀ ਮੇਰਾ ਦਿਲ ਕੁਝ ਵੱਖਰਾ ਹੀ ਕਹਿ ਰਿਹਾ ਸੀ ਮੈਂ ਉਸ ਨੂੰ ਪੁਕਾਰਦੀ ਰਹੀ ਅਮਰੀਕਾ ਵਿੱਚ ਮੇਰੇ ਪਰਿਵਾਰ ਨੇ ਮੈਨੂੰ ਦੀਪ ਦੇ ਗੁਜ਼ਰਨ ਬਾਰੇ ਉਦੋਂ ਤੱਕ ਨਹੀਂ ਦੱਸਿਆ ਜਦੋਂ ਮੈਂ ਹਸਪਤਾਲ ਵਿੱਚ ਮੇਰੇ ਨਾਲ ਪਰਿਵਾਰ ਦਾ ਕੋਈ ਮੈਂਬਰ ਨਹੀਂ ਰੱਖ ਸਕੀ ਜਣਕੇ ਰੀਨਾ ਰਾਏ ਦਾ ਕਹਿਣਾ ਕਿ ਜਦੋਂ ਤੱਕ ਹਸਪਤਾਲ ਦੇ ਵਿੱਚ ਮੇਰੇ ਕੋਲ ਮੇਰੇ ਪਰਿਵਾਰ ਦਾ ਕੋਈ ਮੈਂਬਰ ਅਮਰੀਕਾ ਤੋਂ ਨਹੀਂ ਪਹੁੰਚਿਆ ਉਦੋਂ ਤੱਕ ਅਮਰੀਕਾ ਰਹਿੰਦੇ ਰੀਨਾ ਰਾਏ ਦੇ ਪਰਿਵਾਰ ਨੇ ਉਹਨਾਂ ਨੂੰ ਦੀਪ ਸਿੱਧੂ ਦੀ ਡੈਥ ਬਾਰੇ ਨਹੀਂ ਦੱਸਿਆ ਸੀ ਇਹ ਰੀਨਾ ਰਾਏ ਦਾ ਕਹਿਣਾ ਹੈ ਅੱਗੇ ਲਿਖਦੇ ਨੇ ਆਖਿਰਕਾਰ ਤਕਰੀਬਨ 5 ਘੰਟੇ ਬਾਅਦ ਪੰਜਾਬ ਤੋਂ ਮੇਰਾ ਚਚੇਰਾ ਭਰਾ ਹਸਪਤਾਲ ਪਹੁੰਚਿਆ ਮੇਰੇ ਪਰਿਵਾਰ ਦੇ ਨਿਰਦੇਸ਼ਾਂ ਤੇ ਮੈਨੂੰ ਹੋਟ ਟੈਸਟ ਕਰਵਾਉਣ ਦੇ ਲਈ ਦਿੱਲੀ ਦੇ ਮੇਰੇ ਪਰਿਵਾਰ ਦੇ ਨਿਰਦੇਸ਼ਾਂ ਤੇ ਮੈਨੂੰ ਹੋਰ ਟੈਸਟ ਕਰਵਾਉਣ ਦੇ ਲਈ ਦਿੱਲੀ ਦੇ ਨੈਸ਼ਨਲ ਹਾਰਟ ਇੰਸਟੀਚਿਊਟ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਇਹ ਲਿਖਦੇ ਨੇ ਰੀਨਾ ਰਾਏ ਕਿ ਮੇਰੇ ਪਰਿਵਾਰ ਤੇ ਕਹਿਣ ਤੇ ਉਹਨਾਂ ਨੂੰ ਅੱਗੇ ਹੋਰ ਟੈਸਟ ਕਰਵਾਉਣ ਦੇ ਲਈ ਅੱਗੇ ਜੋ ਨੈਸ਼ਨਲ ਇੰਸਟੀਚਿਊਟ ਮੈਡੀਕਲ ਹੈ ਉੱਥੇ ਰੈਫਰ ਕਰ ਦਿੱਤਾ ਗਿਆ ਤਾਂ ਇਸ ਤੋਂ ਬਾਅਦ ਉਹ ਅੱਗੇ ਲਿਖਦੇ ਨੇ ਮੈਂ ਕਿਸੇ ਨੂੰ ਵੀ ਪੁੱਛਦੀ ਰਹੀ ਮੈਂ ਦੇਖਿਆ ਕਿ ਦੀਪਕੇ ਮੈਂ ਕੰਮ ਕਰ ਰਿਹਾ ਮਾਫ ਕਰਨਾ ਇਹ ਤੁਹਾਨੂੰ ਦੱਸ ਚੁੱਕੇ ਹਾਂ ਪੜ੍ਹ ਕੇ ਇਸ ਤੋਂ ਅੱਗੇ ਉਹ ਲਿਖਦੇ ਨੇ ਮੈਨੂੰ ਹੋਰ ਟੈਸਟ ਕਰਵਾਉਣ ਦੇ ਲਈ ਦਿੱਲੀ ਦੇ ਨੈਸ਼ਨਲ ਹਾਰਟ ਇੰਸਟੀਚਿਊਟ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਉੱਥੇ ਹੀ ਮੇਰੇ ਪਰਿਵਾਰ ਨੇ ਮੈਨੂੰ ਦੱਸਿਆ ਕਿ ਦੀਪ ਗੁਜ਼ਰ ਗਿਆ ਹੈ ਦਿਲ ਟੁੱਟਿਆ ਸਦਮੇ ਵਿੱਚ ਮੈਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਦੇ ਦਿੱਤੀ ਗਈ ਮੇਰੇ ਪਰਿਵਾਰ ਦੇ ਕਹਿਣ ਤੇ ਮੈਂ ਡਾਕਟਰੀ ਦੇਖਭਾਲ ਪ੍ਰਾਪਤ ਕਰਨ ਲਈ ਵਾਪਸ ਅਮਰੀਕਾ ਚਲੀ ਗਈ ਜਾਣਕਾਰੀ ਨਰਾਇ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਦੇ ਕਹਿਣ ਤੇ ਆਪਣੇ ਡਾਕਟਰੀ ਇਲਾਜ ਦੇ ਲਈ ਵਾਪਸ ਅਮਰੀਕਾ ਚਲੇ ਗਏ ਕਿਉਂਕਿ ਕਿਤੇ ਨਾ ਕਿਤੇ ਇਹ ਵੀ ਦੀਪ ਸਿੱਧੂ ਦੇ ਪ੍ਰਸ਼ੰਸਕਾਂ ਦੁਆਰਾ ਉਨ੍ਹਾਂ ਦੇ ਚਾਹਣ ਵਾਲਿਆਂ ਦੁਆਰਾ ਸਵਾਲ ਸੀ ਕਿ ਜਦੋਂ ਹਰ ਇੱਕ ਕੋਈ ਜਿਹੜਾ ਕਿ ਕਦੇ ਦੀਪ ਸਿੱਧੂ ਨੂੰ ਨਹੀਂ ਵੀ ਮਿਲਿਆ ਸੀ ਉਨ੍ਹਾਂ ਦੇ ਅੰਤਿਮ ਸੰਸਕਾਰ ਤੇ ਉਨ੍ਹਾਂ ਦੀ ਅੰਤਿਮ ਅਰਦਾਸ ਤੇ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਇਸ ਤਰ੍ਹਾਂ ਪਹੁੰਚ ਰਿਹਾ ਸੀ ਕਿ ਹਰ ਕੋਈ ਇੱਕ ਦੂਜੇ ਤੋਂ ਅੱਗੇ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਦੀਪ ਨੂੰ ਆਖਰੀ ਵਾਰ ਦੇਖ ਲਵੇ ਉਹਨਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋ ਜਾਵੇ ਤਾਂ ਰੀਨਾ ਰਾਏ ਜੋ ਕਿ ਉਹਨਾਂ ਦੇ ਇੰਨੇ ਜਿਆਦਾ ਕਲੋਸ ਹਨ ਉਹ ਅਜਿਹੀ ਸਥਿਤੀ ਦੇ ਵਿੱਚ ਦੀਪ ਸਿੱਧੂ ਨੂੰ ਛੱਡ ਕੇ ਕਿਉਂ ਅਮਰੀਕਾ ਚਲੇ ਗਏ ਇਸ ਦੇ ਬਾਰੇ ਰੀਨਾ ਰਾਏ ਦਾ ਕਹਿਣਾ ਹੈ ਕਿ ਉਹ ਆਪਣੇ ਇਲਾਜ ਦੇ ਲਈ ਅਮਰੀਕਾ ਚਲੇ ਗਏ ਸਨ ਹੁਣ ਉਹ ਅੱਗੇ ਲਿਖਦੇ ਨੇ ਹੁਣ ਰੀਡ ਦੀ ਹੱਡੀ ਦੇ ਫੈਕਚਰ ਤੋਂ ਘਰ ਵਿੱਚ ਠੀਕ ਹੋ ਰਹੀਆਂ ਯਾਨੀ ਕਿ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਰੀਡ ਦੀ ਹੱਡੀ ਦੇ ਵਿੱਚ ਫੈਕਚਰ ਸੀ ਮੇਰੇ ਪਰਿਵਾਰ ਨੂੰ ਉਮੀਦ ਹੈ ਕਿ ਦੀਪ ਦੀ ਮੌਤ ਦੇ ਕਾਰਨਾਂ ਅਤੇ ਦਰਦਨਾਕ ਹਾਸੇ ਨੂੰ ਕਿਸੇ ਹੋਰ ਨਾਲ ਵਾਪਰਨ ਤੋਂ ਰੋਕਣ ਦੇ ਤਰੀਕਿਆਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਣੀ ਚਾਹੀਦੀ ਹੈ ਯਾਨੀ ਕਿ ਰੀਨਾ ਰਾਏ ਕਹਿੰਦੇ ਨੇ ਕਿ ਉਹਨਾਂ ਦੇ ਪਰਿਵਾਰ ਨੂੰ ਉਮੀਦ ਹੈ ਕਿ ਇਸ ਤਰ੍ਹਾਂ ਦੀ ਘਟਨਾ ਕਿਸੇ ਹੋਰ ਨਾਲ ਨਾ ਹੋਵੇ ਇਸ ਕਰਕੇ ਇਸ ਦੀ ਪੂਰੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ ਅੱਗੇ ਉਹ ਲਿਖਦੇ ਨੇ ਜਿਵੇਂ ਕਿ ਮੈਂ ਇੱਥੇ ਬੈਠ ਕੇ ਇਹ ਪੋਸਟ ਲਿਖ ਰਹੀ ਹਾਂ ਅਤੇ ਦੀਪ ਦੇ ਭੋਗ ਨੂੰ ਦੇਖ ਰਹੀ ਹਾਂ ਸੰਸਾਰ ਨੇ ਉਸ ਲਈ ਜੋ ਪਿਆਰ ਦਿਖਾਇਆ ਉਹ ਮੈਨੂੰ ਅਤੇ ਮੇਰੇ ਪਰਿਵਾਰ ਲਈ ਬਹੁਤ ਦਿਲਾਸਾ ਦੇਣ ਵਾਲਾ ਹੈ ਅਸੀਂ ਉਸ ਨੂੰ ਬਹੁਤ ਯਾਦ ਕਰਦੇ ਹਾਂ ਮੈਂ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਦੀਪ ਨੂੰ ਇੰਨਾ ਪਿਆਰ ਅਤੇ ਸਤਿਕਾਰ ਦਿਖਾਇਆ ਮੈਂ ਦੁਨੀਆ ਦੇ ਹਰ ਕਿਸੇ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਦੀਪ ਦੇ ਸਨਮਾਨ ਅਤੇ ਪ੍ਰਾਰਥਨਾਮਾ ਅਤੇ ਮੋਮਬਤੀਆਂ ਜਗਾਈਆਂ ਯਾਨੀ ਕਿ ਉਹ ਕੈਂਡਲ ਮਾਰਚ ਕਰਨ ਵਾਲਿਆਂ ਦਾ ਵੀ ਧੰਨਵਾਦ ਕਰ ਰਹੇ ਨੇ ਉਹ ਸੱਚਮੁੱਚ ਵਿਸ਼ਵਾਸ ਕਰਦਾ ਸੀ ਕਿ ਤੁਸੀਂ ਸਾਰੇ ਉਸ ਦਾ ਪਰਿਵਾਰ ਹੋ ਅਤੇ ਮੈਂ ਜਾਣਣਾ ਹਾਂ ਕਿ ਇਹ ਸਭ ਕੁਝ ਉਹਦੇ ਉੱਪਰੋਂ ਉਹ ਹੈਰਾਨ ਹੋ ਕੇ ਦੇਖ ਰਿਹਾ ਹੈ ਇਸ ਤੋਂ ਅੱਗੇ ਰੀਨਾ ਰੈ ਲਿਖਦੇ ਹਨ ਮੇਰੇ ਦੀਪ ਲਈ ਮੈਂ ਤੁਹਾਡੇ ਬਿਨਾ ਅੰਦਰੋਂ ਮਰ ਚੁੱਕੀ ਹਾਂ ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ ਤੁਸੀਂ ਮੇਰੇ ਨਾਲ ਵਾਦਾ ਕੀਤਾ ਸੀ ਕਿ ਤੁਸੀਂ ਮੈਨੂੰ ਜ਼ਿੰਦਗੀ ਭਰ ਨਹੀਂ ਛੱਡੋਗੇ ਪਰ ਤੁਸੀਂ ਮੈਨੂੰ ਇੱਥੇ ਇਕੱਲਾ ਛੱਡ ਦਿੱਤਾ ਸੀ ਮੈਂ ਟੁੱਟ ਗਈ ਹਾਂ ਮੈਂ ਦੁਖੀ ਹਾਂ ਮੈਂ ਪਾਗਲ ਹਾਂ ਤੂੰ ਮੈਨੂੰ ਕਿਉਂ ਛੱਡ ਦਿੱਤਾ ਮੈਂ ਬਸ ਤੁਹਾਨੂੰ ਆਪਣੀਆਂ ਬਾਹਾਂ ਵਿੱਚ ਚਾਹੁੰਦੀ ਹਾਂ ਤੁਹਾਨੂੰ ਚੀਕਣਾ ਸੁਣਨਾ ਚਾਹੁੰਦੀ ਹਾਂ ਮੈਂ ਤੁਹਾਨੂੰ ਪਿਆਰ ਕਰਦੀ ਹਾਂ ਮੇਰੀ ਜਾਨ ਮੈਂ ਸਿਰਫ ਇਹ ਜਾਣ ਕੇ ਦਿਲਾਸਾ ਦਿੱਤਾ ਹੈ ਕਿ ਤੁਹਾਡੀ ਮੌਤ ਨੇ ਇੱਕ ਪੀੜੀ ਨੂੰ ਤੁਹਾਡੇ ਉਦੇਸ਼ ਨੂੰ ਚੁੱਕਣ ਅਤੇ ਪੰਜਾਬ ਦੇ ਭਵਿੱਖ ਨੂੰ ਸਮਾਰਨ ਦੇ ਲਈ ਪ੍ਰੇਰਿਤ ਕੀਤਾ ਹੈ ਤੁਸੀਂ ਮੈਨੂੰ ਹਮੇਸ਼ਾ ਕਿਹਾ ਕਿ ਮਹਾਨ ਤਬਦੀਲੀ ਦੇ ਲਈ ਮਹਾਨ ਕੁਰਬਾਨੀ ਦੀ ਲੋੜ ਹੁੰਦੀ ਹੈ ਸੋ ਜਾ ਮੇਰੀ ਜਾਨ ਆਪਣੀ ਕਿਸਮਤ ਪੂਰੀ ਕਰ ਸੰਸਾਰ ਨੂੰ ਪ੍ਰੇਰਿਤ ਕਰੋ ਮੈਂ ਤੁਹਾਨੂੰ ਯਾਦ ਕਰਾਂਗੀ ਅਤੇ ਹਮੇਸ਼ਾ ਤੁਹਾਨੂੰ ਪਿਆਰ ਕਰਾਂਗੀ ਰੂਹ ਦੇ ਸਾਥੀ ਇੱਕ ਦੂਜੇ ਨੂੰ ਨਹੀਂ ਛੱਡਦੇ ਮੈਂ ਤੁਹਾਨੂੰ ਦੂਜੇ ਪਾਸੇ ਦੇਖਾਂਗੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਸੋ ਦੋਸਤੋ ਇਹ ਤਾਂ ਸੀ ਉਹ ਪੋਸਟ ਇਹ ਤਾਂ ਸੀ ਉਹ ਗੱਲਾਂ ਜੋ ਕਿ ਰੀਨਾ ਰਾਏ ਵੱਲੋਂ ਅੱਜ ਕੀਤੀਆਂ ਗਈਆਂ ਨੇ ਖੁਲਾਸੀ ਕੀਤੇ ਗਏ ਨੇ ਤੁਸੀਂ ਇਹਨਾਂ ਗੱਲਾਂ ਨੂੰ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਉਹਨੇ ਸਮੇਂ ਤੱਕ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਤੇ ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹਰ ਇੱਕ ਤਾਜ਼ਾ ਖਬਰ ਤੇ ਲਈ ਜਰੂਰ ਵੀਡੀਓ ਦੇ ਥੱਲੇ ਦਿਖ ਰੇ ਰੈੱਡ ਕਲਰ ਦੇ ਸਬਸਕ੍ਰਾਈਬਰ ਬਟਨ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਆਲ ਵਾਲੀ ਆਪਸ਼ਨ ਤੇ ਜਰੂਰ ਸਿਲੈਕਟ ਕਰ ਲੈਣਾ ਤੇ ਤੁਹ ਕੀ ਰੀਨਾ ਰਾਏ ਦੀਆਂ ਗੱਲਾਂ ਦੇ ਵਿੱਚ ਸੱਚਾਈ ਹੈ ਜਾਂ ਫਿਰ ਨਹੀਂ ਜ਼ਰੂਰ ਕਮੈਂਟ ਕਰਨਾ ਮਿਲਾਂਗੇ ਜਲਦ ਥੈਂਕ ਯੂ ਧੰਨਵਾਦ